ਇੱਕ ਮੋਬਾਈਲ ਦੀ ਦੁਕਾਨ 'ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। 3 ਲੱਖ ਰੁਪਏ ਕੈਸ਼ ਅਤੇ ਨਾਲ ਹੀ ਮਹਿੰਗੇ ਮੁੱਲ ਦੇ ਫੋਨਾਂ ਦੇ ਉੱਤੇ ਚੋਰਾਂ ਨੇ ਹੱਥ ਸਾਫ਼ ਕੀਤਾ। ਹੈਲਮਟ ਪਾ ਕੇ ਇਹ ਦੋਵੇਂ ਚੋਰ ਦੁਕਾਨ ਦੇ ਪਿਛਲੇ ਦਰਵਾਜ਼ੇ ਤੋਂ ਦਾਖਲ ਹੁੰਦੇ ਨੇ ਅਤੇ ਦਾਖਲ ਹੁੰਦੇ ਸਾਰ ਹੀ ਜੋ ਡਿਸਪਲੇ ਕੀਤੇ ਮਹਿੰਗੇ ਮੁੱਲ ਦੇ ਫੋਨ ਨੇ ਪਹਿਲਾਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ। ਹਾਲਾਂਕਿ ਇਸ ਦੌਰਾਨ ਇੱਕ ਚੋਰ ਨੇ ਜਿਸਨੇ ਹੈਲਮਟ ਪਾਇਆ ਹੋਇਆ ਸੀ ਉਹ ਆਪਸ ਦੇ ਵਿੱਚ ਕਲੋਲਾਂ ਕਰਦੇ ਵੀ ਨਜ਼ਰ ਆਏ ਨੇ ਅਤੇ ਜਾਂਦੇ ਜਾਂਦੇ ਕਿਹਾ ਜਾ ਰਿਹਾ ਕਿ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਗਏ ਨੇ। ਤਾਂ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ, ਤਸਵੀਰਾਂ ਦੇ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਤਾਂ ਬਿਲਕੁਲ ਹੀ ਉਸਨੇ ਮੂੰਹ ਦੇ ਉੱਤੇ ਕੁਛ ਵੀ ਨਹੀਂ ਲਿਆ ਹੋਇਆ ਪਰ ਦੂਸਰੇ ਨੇ ਆਪਣੇ ਮੂੰਹ ਦੇ ਉੱਤੇ ਹੈਲਮਟ ਲਾਇਆ ਹੋਇਆ। ਹਾਲਾਂਕਿ ਜੋ ਦੂਸਰਾ ਹੈ ਉਹ ਉਸਦੇ ਹੈਲਮਟ ਨੂੰ ਉਤਰਵਾਉਣ ਦੇ ਲਈ ਜ਼ਬਰਦਸਤੀ ਫੋਰਸ ਕਰਦਾ ਹੈ ਅਤੇ ਉਸ ਤੋਂ ਬਾਅਦ ਉਹ ਆਪਣਾ ਹੈਲਮਟ ਉਤਾਰਦਾ ਹੈ ਅਤੇ ਇੱਕ ਥੈਲੇ ਦੇ ਵਿੱਚ ਇਹ ਸਾਰੇ ਫੋਨ ਭਰੇ ਜਾਂਦੇ ਨੇ। ਜਿਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਅਤੇ ਕੈਸ਼ ਜੋ ਗੱਲੇ ਦੇ ਵਿੱਚ ਪਿਆ ਸੀ 3 ਲੱਖ ਰੁਪਏ ਉਸਦੇ ਉੱਤੇ ਵੀ ਚੋਰਾਂ ਦੇ ਵੱਲੋਂ ਹੱਥ ਸਾਫ਼ ਕੀਤਾ ਗਿਆ। ਹਾਲਾਂਕਿ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਹੁਣ ਪੁਲਿਸ ਵੱਲੋਂ ਵੀ CCTV ਕੈਮਰੇ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮਾਮਲਾ ਗੜ੍ਹ ਸ਼ੰਕਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮੋਬਾਈਲਾਂ ਦੀ ਦੁਕਾਨ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਹੈਲਮਟ ਪਾ ਕੇ ਇਹ ਦੋਵੇਂ ਚੋਰ ਆਏ ਸੀ, ਹਾਲਾਂਕਿ ਇਹਨਾਂ ਨੇ ਪਹਿਲਾਂ ਦੁਕਾਨ ਦੇ ਅੰਦਰ ਵੜ ਕੇ ਕਲੋਲਾਂ ਕੀਤੀਆਂ ਅਤੇ ਉਸ ਤੋਂ ਬਾਅਦ ਦੇ ਵਿੱਚ ਲੱਖਾਂ ਰੁਪਏ ਦਾ ਦੁਕਾਨਦਾਰ ਦਾ ਨੁਕਸਾਨ ਕਰਕੇ ਫਰਾਰ ਹੋ ਗਏ ਨੇ। ਇਹ ਮੈਨੂੰ 6:45 ਫੋਨ ਆਇਆ ਬਈ ਇੱਦਾਂ ਦਾ ਕਰਕੇ ਵੀ ਚੋਰੀ ਹੋ ਗਈ ਹੋਈ ਆ, ਤੁਹਾਡੇ ਮੋਵੇਂ ਬੰਦੇ ਚੋਰੀ ਕਰਕੇ ਨੱਠਦੇ ਪਏ ਆ। ਮੈਂ ਉਸੇ ਵੇਲੇ ਜਦੋਂ ਆ ਕੇ ਦੇਖਿਆ ਤਾਂ ਮੇਰੀ ਇਹ ਸੈਲਫਾਂ ਤੋਂ ਸਮਾਨ ਗਾਇਬ ਸੀ, ਮਤਲਬ ਸਮਾਨ ਤਾਂ ਮੇਰਾ ਜ਼ਿਆਦਾ ਹੀ ਗਾਇਬ ਹੋਇਆ, ਬੋਰੇ ਭਰੇ ਹੋਏ ਸਮਝ ਲਓ ਗਾਇਬ ਹੋਏ ਆ, ਮਿਲਿਆ ਹਜੇ ਮੈਨੂੰ ਹਜੇ ਕੁਛ ਨਹੀਂ ਹੈਗਾ। ਜਿਹੜਾ ਬਾਕੀ ਥੋੜਾ ਬਹੁਤਾ ਸਮਾਨ ਆ ਉਹ ਹੁਣ ਦੇਖਦੇ ਹਾਂ ਕਿੰਨਾ ਕੁ ਇਕੱਠਾ ਹੋਇਆ ਹੈਗਾ। ਜਿਹੜਾ ਕੈਸ਼ ਕਿੰਨਾ ਕੁ ਲੱਗਾ ਤੁਹਾਡੇ ਕੋਲ? ਕੈਸ਼ ਦੇਖੋ ਗੱਲੇ ਦੇ ਵਿੱਚ, ਕੱਲ ਅਸੀਂ ਸਾਡੀ ਮਾਤਾ ਜੀ ਪੂਰੇ ਹੋਏ ਸੀਗੇ, ਪਰਸੋਂ ਦੇ ਕੱਲ ਫੁੱਲ ਪਾ ਕੇ ਆਏ ਸੀਗੇ ਤੇ ਗੱਲੇ ਚ ਕੈਸ਼ ਅਸੀਂ ਕੱਲ ਰੱਖ ਕੇ ਗਏ ਆ, ਨੀਅਰ ਅਬਾਊਟ ਕੋਈ 2.5-3 ਲੱਖ ਰੁਪਏ ਵਿੱਚ ਹੈਗਾ ਸੀ ਗੱਲੇ ਦੇ ਵਿੱਚ ਪੈਸਾ ਪਿਆ, ਤੇ ਉੱਪਰ ਵਾਲੇ ਦੂਜੇ ਆਪਣੇ ਗੱਲਿਆਂ ਚੋਂ ਪੈਸੇ ਕੈਸ਼ ਗੱਲਿਆਂ ਚੋਂ ਵੀ ਕੈਸ਼ ਗਾਇਬ ਆ ਜੀ, ਉਹ ਵੀ ਲੈ ਗਏ ਹੋਏ ਜੀ। ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ? ਦੇਖੋ 4 ਵਜੇ ਚੋਰੀ ਹੋ ਰਹੀ ਆ, ਪੌੜੀ ਲੱਗ ਰਹੀ ਆ ਨਾਲ ਦੇ ਪਾਸੇ, ਸੰਨ ਲੱਗਦਾ ਪਿਆ, ਕੋਠੇ ਟੱਪ ਕੇ ਬੰਦੇ ਆਉਂਦੇ ਪਏ ਆ, ਚੌਂਕੀਦਾਰ ਸਾਹਮਣੇ ਬੈਠਦਾ ਜੀ, ਕਿਉਂਕਿ ਚੌਂਕੀਦਾਰ ਨੂੰ ਵੀ ਨਹੀਂ ਆਵਾਜ਼ ਆਈ, ਚੌਂਕੀਦਾਰ ਸਾਹਮਣੇ ਬੈਠਦਾ। ਔਰ ਮੈਂ ਤਕਰੀਬਨ ਰਾਤ ਨੂੰ ਵੀ 11-12 ਵਜੇ ਗੇੜਾ ਵੀ ਕੱਢ ਕੇ ਜਾਂਦਾ ਹੁੰਦਾ ਵੀ ਚੱਲ ਕੋਈ ਗੱਲ ਨੀ ਹੈਨਾ, ਪਰ ਜੇ ਆਪਾਂ ਦੇਖਿਆ ਜਾਵੇ ਜਿਹੜੀ ਪੌੜੀ ਆ ਜਿੱਥੇ ਚੌਂਕੀਦਾਰ ਬੈਠਦਾ ਉੱਥੋਂ ਸਾਹਮਣੇ ਪੌੜੀ ਦੇਖਦੀ ਆ ਜੀ, ਉਹ ਪਰਲੇ ਪਾਸੋਂ ਜਿਹੜੀ ਚੋਰੀ ਹੋਈ ਤਾਂ ਉੱਧਰੋਂ ਹੋਈ ਆ ਇਹ। ਅੱਜ ਸਾਨੂੰ ਇੱਥੇ ਪਤਾ ਲੱਗਿਆ ਸੀਗਾ ਕਿ ਇਹਨਾਂ ਦੀ ਮੋਬਾਈਲ ਦੀ ਦੁਕਾਨ ਤੇ ਜਿਹੜੀ ਹੈਗੀ ਆ ਕੋਈ ਚੋਰੀ ਹੋ ਗਈ, ਜਿਹਦੇ ਸੰਬੰਧੇ ਅਸੀਂ ਮੌਕੇ ਤੇ ਪਹੁੰਚੇ ਆ, ਮੌਕੇ ਤੇ ਪਹੁੰਚੇ ਸਾਰੀ ਤਹਿਕੀਕਾਤ ਕੀਤੀ ਹੈ, ਉਹਦੇ ਵਿੱਚ ਜੋ ਵੀ ਹੈਗਾ ਫਿੰਗਰਪ੍ਰਿੰਟ ਫੜਾ ਕੇ ਕਾਰਵਾਈ ਕੀਤੀ ਜਾ ਰਹੀ ਹੈ, ਫਿੰਗਰਪ੍ਰਿੰਟ ਫੜਾ ਕੇ ਉਹਦੀ ਜੋ ਬਣਦੀ ਕਾਰਵਾਈ ਉਹਦੀ ਜਾਣਕਾਰੀ ਕਰ ਦਿੱਤੀ।